ਤੁਸੀਂ ਸੰਤ ਪਿੰਡਰਾਲੇ ਦੀ ਸ਼ਖਸੀਅਤ ਨੂੰ ਲੋਕਾਂ ਦੇ ਸਾਹਮਣੇ ਕਿੱਦਾਂ ਪੇਸ਼ ਕਰ ਰਹੇ ਹੋ? ਨਹੀਂ ਸੰਤ ਹੈ ਹੀ ਨਹੀਂ ਸੀ ਉਹ, ਮੈਂ ਮੰਨਦਾ ਸੰਤ, ਤੁਸੀਂ ਮੰਨੀ ਜਾਓ ਪਰ ਮੈਨੂੰ ਇੱਕ FIR ਟਿਕਾ ਦਿਓ ਮੰਡ ਸਾਹਿਬ, ਪੂਰੇ ਪੰਜਾਬ ਦੇ ਵਿੱਚ ਚੈਲੰਜ ਕਰਤਾ ਪ੍ਰਾਈਮੋ ਦੇ ਰਾਹੀਂ ਮੰਡ ਸਾਹਿਬ ਨੂੰ, ਇੱਕ FIR ਟਿਕਾ ਦਿਓ। ਪ੍ਰਧਾਨ ਮੰਤਰੀ ਅਗਰ ਆਪਣੇ ਉਹਨੇ ਕਾਨੂੰਨ ਕਿਸਾਨਾਂ ਦੇ ਕਾਨੂੰਨ ਵਾਪਸ ਨਾ ਲੈਂਦੇ ਤਾਂ ਇੱਥੇ ਬੰਗਲਾਦੇਸ਼ ਬਣ ਜਾਣਾ ਸੀ, ਇਹ ਭੜਕਾਉਣ ਦੀਆਂ ਗੱਲਾਂ ਜੀ। ਕੁਛ ਨਹੀਂ ਹੁੰਦਾ ਬੀਬੀ ਕੰਗੜਾ ਨੌਤ, ਅੱਜ ਵੀ ਸਹੀ ਆ, ਕੱਲ੍ਹ ਵੀ ਸਹੀ ਆ, ਅੱਗੇ ਵੀ ਸਹੀ ਰਹੂਗੀ। ਫਿਲਮ ਦਾ ਟ੍ਰੇਲਰ ਦੇਖਿਆ? ਮੈਂ ਸਾਰਾ ਕੁਝ ਦੇਖਦਾ, ਟ੍ਰੇਲਰ ਦੇਖਿਆ। ਮੈਂ ਕੰਗੜਾ ਨਾਲ ਅੱਜ ਵੀ ਖੜਾ, ਕੱਲ ਵੀ ਖੜਾ, ਪਰਸੋਂ ਵੀ ਖੜਾ, ਅੱਗੇ ਵੀ ਖੜੂੰਗਾ। ਬੀਬੀ ਕੰਗੜਾ ਰਣੌਤ ਦੀ ਫਿਲਮ 100/100 ਸਹੀ ਆ, ਉਹ ਦੇਖਣੀ ਚਾਹੀਦੀ ਆ। ਦੱਸੋ ਜੀ ਕਿਵੇਂ ਸਹੀ ਆ? ਨਹੀਂ ਉਹ ਕਿਉਂ ਦੱਸੋ ਜੀ, ਪੰਜਾਬ ਦੇ ਖਾੜਕੂ ਸੀ, ਪੰਜਾਬ ਦੇ ਆਮ ਲੋਕਾਂ ਨੂੰ ਮਾਰੀ ਗਏ ਔਰ ਪੰਜਾਬ ਪੁਲਿਸ ਨੂੰ ਮਾਰੀ ਗਏ ਔਰ ਪੰਜਾਬ ਪੁਲਿਸ ਦੇ ਪਰਿਵਾਰਾਂ ਨੂੰ ਮਾਰੀ ਗਏ, ਉਹ ਕੀ ਜਾਇਜ਼ ਸੀਗੇ ਦੱਸੋ ਜੀ? ਉਹਦੇ 'ਚ ਉਸ ਸੰਬੰਧੀ ਫਿਲਮ ਬਣਾਈ ਆ, ਹੋਰ ਤਾਂ ਕੋਈ ਨਹੀਂ ਹੈਗਾ ਉਹ 'ਚ। ਐਮਰਜੈਂਸੀ, ਕੰਗਣਾ ਰਣੌਤ ਦੀ ਫਿਲਮ ਆ ਰਹੀ ਹੈ ਐਮਰਜੈਂਸੀ, ਜੋ ਵਿਵਾਦਾਂ ਦੇ ਘੇਰੇ ਦੇ ਵਿੱਚ ਆ। ਇੱਕ ਪਾਸੇ ਲੋਕ ਵਿਰੋਧ ਕਰ ਰਹੇ ਨੇ, ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ, ਕੁਝ ਹਮਾਇਤ ਦੇ ਵਿੱਚ ਉਤਰੇ ਨੇ, ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ, ਮੈਂ ਅਮਨ ਤੱਗੜ। ਸਾਡੇ ਨਾਲ ਅੱਜ ਗੁਰਸਿਮਰਨ ਸਿੰਘ ਮੰਡ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ ਫਿਲਮ ਨੂੰ ਲੈ ਕੇ। ਮੰਡ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ। ਮੰਡ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾ ਜੈ ਸ਼੍ਰੀ ਰਾਮ ਵੀ ਕਹਿੰਦੇ ਕਰੋ, ਪਹਿਲਾਂ ਵੀ ਬੋਲ ਪਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕੋ ਸਾਰੀ ਇੱਕੋ ਗੱਲ ਆ, ਤੁਸੀਂ ਜੈ ਸ਼੍ਰੀ ਰਾਮ ਕਿਉਂ ਨਹੀਂ ਬੋਲਦੇ? ਜੈ, ਮੈਂ ਜੈ ਸ਼੍ਰੀ ਰਾਮ ਬੋਲਦਾ ਜੀ। ਜੈ ਸ਼੍ਰੀ ਰਾਮ ਜੀ, ਤੁਸੀਂ ਵੀ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ ਮੰਡ ਸਾਹਿਬ? ਤੁਸੀਂ ਠੀਕ ਹੋ ਮੰਡ ਸਾਹਿਬ? ਨਹੀਂ, ਸਾਡੇ ਪਹਿਲਾਂ ਪੱਤਰਕਾਰ ਭਰਾ ਅਮਨ ਤੱਗੜ ਸਾਹਿਬ ਖੁਸ਼ ਹੋਣੇ ਚਾਹੀਦੇ, ਬਾਕੀ ਦੁਨੀਆ ਛੱਡੋ। ਨਹੀਂ ਨਹੀਂ, ਸਾਡੀ ਕੁਛ ਹੀ ਨਹੀਂ, ਸਭ ਧਰਮ ਇੱਕੋ ਨੇ। ਮੰਡ ਸਾਹਿਬ ਠੀਕ ਠਾਕ ਹੋ? ਸੀ ਐ ਚੜ੍ਹਦੀ ਕਲਾ। ਆਪਾਂ ਅੱਜ ਪ੍ਰਾਚੀਨ 6 ਮੰਦਿਰ ਵਿਖੇ ਬੈਠੇ ਹਾਂ, ਬਾਬਾ ਕਸ਼ਮੀਰਗਿਰੀ ਜੀ ਦੇ ਮੰਦਿਰ ਵਿੱਚ ਬੈਠੇ ਹਾਂ, ਖੰਨਾ ਵਿਖੇ ਬੈਠੇ ਹਾਂ। ਜਿਹੜੀ ਤੁਸੀਂ ਗੱਲ ਕੀਤੀ ਆ ਬੀਬੀ ਕੰਗਣਾ ਰਣੌਤ ਦੀ ਫਿਲਮ ਦੀ, ਵੀ ਵਿਵਾਦਾਂ 'ਚ ਆ, ਵਿਵਾਦਾਂ ਕਾਹਦੇ ਵਾਸਤੇ ਦੱਸੋ ਜੀ? ਤੁਸੀਂ ਮੈਨੂੰ ਦੱਸ ਦਿਓ, ਤੁਹਾਡਾ ਪੇਜ ਭਰਿਆ ਪਿਆ ਕੰਗਣਾ ਰਣੌਤ, ਕੰਗਣਾ ਰਣੌਤ, ਕੰਗਣਾ ਰਣੌਤ। ਤੁਹਾਡੇ ਪੇਜ ਨੂੰ ਚੈੱਕ ਕੀਤਾ, ਕੰਗਣਾ ਰਣੌਤ ਨੂੰ ਭਰਿਆ ਪਿਆ, ਵੀ ਫਿਲਮ ਨੂੰ ਦੇਖਣ ਜਾਓ। ਮੈਨੂੰ ਕਾਰਨ ਦੱਸ ਦਿਓ, ਫਿਲਮ ਨੂੰ ਕਿਉਂ ਦੇਖਣ ਜਾਓ? ਨਹੀਂ, ਬੀਬੀ ਕੰਗਣਾ ਰਣੌਤ ਦੀ ਫਿਲਮ 100/100 ਸਹੀ ਆ, ਉਹ ਦੇਖਣੀ ਚਾਹੀਦੀ ਆ। ਦੱਸੋ ਜੀ ਕਿਵੇਂ ਸਹੀ ਆ? ਨਹੀਂ ਉਹ ਕਿਉਂ ਦੱਸੋ ਜੀ, ਜਿਹੜਾ ਆਪਾਂ ਹਰ ਸਾਲ ਸਾਡੀ ਪੰਜਾਬ ਪੁਲਿਸ ਸ਼ਹੀਦੀ ਦਿਨ ਮਨਾਉਂਦੀ ਆ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ, ਅਫਸਰਾਂ ਦਾ, 21 ਅਕਤੂਬਰ ਨੂੰ ਹਰ ਸਾਲ ਜੀ ਹਰ ਜ਼ਿਲ੍ਹੇ ਦੇ ਪੁਲਿਸ ਲਾਈਨ ਵਿੱਚ ਮਨਾਇਆ ਜਾਂਦਾ ਦਿਨ, ਜਿਹੜੇ ਸਾਡੇ ਪੰਜਾਬ ਪੁਲਿਸ ਦੇ ਭਰਾ ਸ਼ਹੀਦ ਹੋਏ ਨੇ, ਚਾਹੇ ਮੁਲਾਜ਼ਮ, ਚਾਹੇ ਵੱਡੇ ਅਧਿਕਾਰੀ, ਚਾਹੇ ਉਹਨਾਂ ਦੇ ਪਰਿਵਾਰ। ਇਹ ਉਹਨਾਂ ਲੋਕਾਂ ਨੇ ਮਾਰੇ ਨੇ ਜਿਹੜੇ ਖਾੜਕੂ ਸੀਗੇ ਜੀ, ਕਿਉਂਕਿ
ਉਸ ਟਾਈਮ ਇਹ ਹੁੰਦਾ ਸੀ ਵਰਦੀ ਧਾਰੀ ਨੂੰ ਤਾਂ ਵਿਚਾਰੇ ਨੂੰ ਨੌਕਰੀ ਬੜੀ ਔਖੀ ਕਰਨੀ ਪੈਂਦੀ ਸੀ। ਤੁਹਾਨੂੰ ਵੀ ਪਤਾ ਵਾ ਜਿਹੜੇ ਅੱਜ ਕੁਝ ਲੋਕ ਬੀਬੀ ਦਾ ਵਿਰੋਧ ਕਰ ਰਹੇ ਆ ਉਹ ਗਲਤ ਕਰ ਰਹੇ ਆ, ਕਿਉਂਕਿ ਜੋ ਸੱਚਾਈ ਆ ਉਹਨੂੰ ਸੱਚਾਈ ਨੂੰ ਵਿਖਿਆਨ ਕਰਨਾ ਚਾਹੀਦਾ ਵਾ। ਸੱਚਾਈ ਕੀ ਆ ਮੰਡ ਸਾਹਿਬ ਉਹਦੇ ਵਿੱਚ ਦੱਸ ਦਿਓ ਤੁਸੀਂ ਮੈਨੂੰ। ਨਹੀਂ ਸੱਚਾਈ ਦੀ ਗੱਲ ਪਤਾ ਕੀ ਗੱਲ ਆ, ਜਦੋਂ ਇੱਕ ਖਾੜਕੂ ਪੰਜਾਬ ਦੇ ਖਾੜਕੂ ਸੀ, ਪੰਜਾਬ ਦੇ ਆਮ ਲੋਕਾਂ ਨੂੰ ਮਾਰੀ ਗਏ ਔਰ ਪੰਜਾਬ ਪੁਲਿਸ ਨੂੰ ਮਾਰੀ ਗਏ ਔਰ ਪੰਜਾਬ ਪੁਲਿਸ ਦੇ ਪਰਿਵਾਰਾਂ ਨੂੰ ਮਾਰੀ ਗਏ, ਉਹ ਕੀ ਜਾਇਜ਼ ਸੀਗੇ ਦੱਸੋ ਜੀ? ਉਹਦੇ 'ਚ ਉਸ ਸੰਬੰਧੀ ਫਿਲਮ ਬਣਾਈ ਆ, ਹੋਰ ਤਾਂ ਕੋਈ ਨਹੀਂ ਹੈਗਾ ਉਹ 'ਚ। ਖਾੜਕੂ ਕੌਣ ਸੀਗੇ? ਖਾੜਕੂ ਜਿਹੜੇ ਪੰਜਾਬ ਦੇ ਮੁੰਡੇ ਕੌਣ ਸੀਗੇ, ਕਿਹਦੀ ਗੱਲ ਕਰਦੇ ਹੋ? ਆਪਣੇ ਪੰਜਾਬ ਦੇ ਲੋਕ ਜਿਹੜੇ ਘਰੋਂ ਉੱਠ ਕੇ ਘਰੋਂ ਰੁੱਸ ਕੇ ਭੱਜ ਗਏ, ਉਹਨਾਂ ਨੇ AK-47 ਚੱਕ ਲਈਆਂ, ਲੁਟੇਰੇ ਵੀ ਸੀ ਵਿੱਚ। ਤੁਹਾਨੂੰ ਮੈਂ ਆਪਣੀ ਗੱਲ ਦੱਸਦਾ, 1984 ਵਿੱਚ ਉਦੋਂ ਇੰਦਰਾ ਗਾਂਧੀ ਜੀ ਸ਼ਹੀਦ ਨਹੀਂ ਹੋਈ ਸੀ, 31 ਅਕਤੂਬਰ ਤੋਂ ਪਹਿਲਾਂ ਹੀ ਗੱਲ ਕਰਦਾ 1984 ਦੀ। ਸਾਡਾ ਪਿੰਡ ਪੁੱਟਾ ਰਾੜਾ ਸਾਹਿਬ ਦੇ ਕੋਲ, ਉੱਥੇ ਕੁਝ ਇੱਕ ਖਾੜਕੂ ਆਇਆ, ਉਹ ਲੁਟੇਰਾ ਸੀਗਾ। ਉਹ ਸਾਡਾ ਪਰਿਵਾਰ ਇਕੱਠਾ ਸੀਗਾ, ਫੈਮਿਲੀ ਜੁਆਇੰਟ ਫੈਮਿਲੀ ਸੀ। ਸਾਡੇ ਤਾਇਆ ਜੀ ਨੂੰ ਕਹਿੰਦਾ ਜੀ ਗੰਨ ਦੇ ਦਿਓ ਜੀ, 12 ਬੋਰ ਦੀ ਉਦੋਂ ਗੰਨ ਹੁੰਦੀ ਸੀ ਉਹਨਾਂ ਕੋਲ। ਉਹ ਖੋ ਕੇ ਅੰਦਰ ਬੁਲੇਟਿਆ ਹੋਇਆ, ਪੂਰੀ ਲਈ ਅੰਦਰ ਸਾਲਟ, ਮੈਂ ਉੱਥੇ ਨਲਕੇ ਦਾ ਪਾਣੀ ਗੇੜ ਰਿਹਾ ਵਾਂ। ਸ਼ੁਕਰ ਕਰੋ ਬਚਾਅ ਹੋ ਗਿਆ, ਨਹੀਂ ਅੱਜ ਤੁਹਾਡੇ ਸਾਹਮਣੇ ਬੈਠਾ, ਨਹੀਂ ਉਦੋਂ ਹੀ ਫੁੱਲ ਸਾਡੀ ਹਾਰ ਪੈਣ ਸੀ। ਕਿਹੜੇ ਸੰਨ ਦੀ ਗੱਲ ਆ? 1984 ਦੀ। ਇਹ 1984 ਵਾਲਾ ਮਾਹੌਲ ਤੁਸੀਂ ਦੁਬਾਰ ਤੋਂ ਲੈ ਕੇ ਆਉਣਾ ਚਾਹੁੰਦੇ ਹੋ? ਨਹੀਂ, ਅਸੀਂ ਕਿਉਂ ਲਹਿਰ 'ਤੇ ਆ ਰਹੇ ਹਾਂ? ਜਿਹੜੇ ਉਹਨਾਂ ਨੂੰ ਗੱਲ ਕਰੋ, ਉਹਨਾਂ ਤੁਸੀਂ ਸਾਡੇ 'ਤੇ ਚੜ੍ਹਨ ਦੀ ਬਜਾਏ ਉਹਨਾਂ 'ਤੇ ਚੜ੍ਹੋ। ਤੁਸੀਂ ਸੰਤ ਪਿੰਡਰਾਲੇ ਦੀ ਸ਼ਖਸੀਅਤ ਨੂੰ ਲੋਕਾਂ ਦੇ ਸਾਹਮਣੇ ਕਿੱਦਾਂ ਪੇਸ਼ ਕਰ ਰਹੇ ਹੋ? ਨਹੀਂ, ਸੰਤ ਹੈ ਹੀ ਨਹੀਂ ਸੀ ਉਹ। ਮੈਂ ਮੰਨਦਾ ਸੰਤ? ਨਹੀਂ, ਤੁਸੀਂ ਮੰਨੀ ਜਾਓ ਫਿਰ। ਮੈਨੂੰ ਇੱਕ FIR ਟਿਕਾ ਦਿਓ ਮੰਡ ਸਾਹਿਬ, ਪੂਰੇ ਪੰਜਾਬ ਦੇ ਵਿੱਚ ਚੈਲੰਜ ਕਰਦਾ ਪ੍ਰਾਈਮੋ ਦੇ ਰਾਈ ਮੰਡ ਸਾਹਿਬ ਨੂੰ, ਇੱਕ FIR ਟਿਕਾ ਦਿਓ ਪੂਰੇ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਮੰਡ ਸਾਹਿਬ ਇੱਕ FIR ਟਿਕਾ ਦਿਓ। ਤੁਸੀਂ ਮੈਂ ਤਾਂ ਕੋਈ ਬੋਲਿਆ ਹੀ ਨਹੀਂ ਅਜੇ, ਆਪ ਹੀ ਤੁਸੀਂ ਬੋਲੀ ਜਾਂਦੇ ਹੋ, ਆਪ ਹੀ ਤੁਸੀਂ ਸੰਤ ਕਹੀ ਨੂੰ ਆਪ ਹੀ ਅੱਤਵਾਦੀ ਕਹੀ ਜਾਂਦੇ ਤੁਸੀਂ। ਤੁਸੀਂ ਉਹ ਬੋਲਦੇ ਹੋ, ਤੁਸੀਂ ਹਰੇਕ ਤੁਹਾਡੀ ਵੀਡੀਓ 'ਚ ਅੱਤਵਾਦੀ ਅੱਤਵਾਦੀ ਅੱਤਵਾਦੀ, ਖਾੜਕੂਵਾਦ ਖਾੜਕੂਵਾਦ, ਖਾਲਿਸਤਾਨੀ ਖਾਲਿਸਤਾਨੀ ਖਾਲਿਸਤਾਨੀ, FIR ਚੱਕ ਦਿਖਾ ਦਿਓ ਮੈਨੂੰ, ਮੰਨ ਜੂਗਾ ਤੁਹਾਨੂੰ ਮੈਂ। ਨਹੀਂ ਨਹੀਂ, ਫਿਰ ਆ ਖੰਨਾ ਦਾ ਇੱਕ ਸਾਫ ਫਿਲਮ ਦੇ ਵਿੱਚ ਕੀ ਦਿਖਾਇਆ ਗਿਆ? ਫਿਲਮ ਦੇ ਵਿੱਚ ਸੰਤ ਪਿੰਡਰਾਲੇ ਦੀ ਰੀਸ ਕੋਈ ਕਰ ਲੂਗਾ ਉਹਦੇ ਵਿੱਚ? ਮੈਂ ਮੰਨਦਾ, ਮੈਂ ਮੰਨਦਾ। ਫਿਰ ਪ੍ਰਾਈਮ ਉਹਦੇ 'ਤੇ ਛੱਡ ਕੇ ਨਾ ਤੁਸੀਂ ਉਹਨਾਂ ਦੀ ਪਾਰਟੀ ਰਲ ਜਾਓ ਜਾ ਕੇ। ਤੁਸੀਂ ਪਾਰਟੀ 'ਚ ਤੁਸੀਂ ਰਲ ਜਾਓ, ਤੁਸੀਂ ਉਹਨਾਂ ਦੇ। ਤੁਸੀਂ ਕੌਣ ਗਾਉਂਦੇ ਉਹਨਾਂ ਦੇ? ਕਿੰਨਾ ਦੇ? ਉਹਨਾਂ ਦੇ ਕਿੰਨਾ ਦੇ ਕੌਣ ਗਾਉਂਦੇ ਆ? ਉਹਨਾਂ BJP ਦੇ ਕੰਗਣਾ ਰਣੌਤ ਦੇ। ਨਹੀਂ, ਕੰਗਣਾ ਰਣੌਤ ਸਾਡੀ ਛੋਟੀ ਭੈਣ ਆ ਭਰਾ ਦੇ। ਫਿਲਮ ਦਾ ਟ੍ਰੇਲਰ ਦੇਖਿਆ? ਮੈਂ ਸਾਰਾ ਕੁਝ ਦੇਖਦਾ। ਮੈਂ ਟ੍ਰੇਲਰ ਦੇਖਿਆ। ਮੈਂ ਕੰਗਣਾ ਨਾਲ ਅੱਜ ਵੀ ਖੜਾ, ਕੱਲ ਵੀ ਖੜਾ, ਪਰਸੋਂ ਵੀ ਖੜਾ, ਅੱਗੇ ਵੀ ਖੜੂੰਗਾ। ਕੰਗਣਾ ਰਣੌਤ ਦਾ ਬਿਆਨ ਆਇਆ ਵੀ ਅਗਰ ਕਿਸਾਨ ਮੋਦੀ ਸਾਹਿਬ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਲੈਂਦੇ ਤਾਂ ਇੱਥੇ ਬੰਗਲਾਦੇਸ਼ ਬਣ ਜਾਣਾ ਸੀਗਾ। ਇਹ ਕੀ ਦੱਸੋਂਦਾ? ਆਪਣੇ ਹੀ ਮੁੱਦਾ ਹੈਗਾ ਫਿਲਮ ਦਾ। ਇਹ ਕੀ ਦੱਸੋਂਦਾ? ਮੈਂ ਕੰਗਣਾ ਰਣੌਤ ਦੇ ਬਿਆਨ ਵੀ ਲਊਂਗਾ, ਨਹੀਂ ਕੰਗਣਾ ਰਣੌਤ ਦੇ ਬਿਆਨਾਂ ਦੀ ਵੀ ਗੱਲ ਕਰੂੰਗਾ। ਉਹਨਾਂ ਦਾ ਬਿਆਨ ਆਇਆ ਵੀ ਜੇ ਪ੍ਰਧਾਨ ਮੰਤਰੀ ਅਗਰ ਆਪਣੇ ਉਹਨੇ ਕਾਨੂੰਨ ਕਿਸਾਨਾਂ ਦੇ ਕਾਨੂੰਨ ਵਾਪਸ ਨਾ ਲੈਂਦੇ ਤਾਂ ਇੱਥੇ ਬੰਗਲਾਦੇਸ਼ ਬਣ ਜਾਣਾ ਸੀ। ਇਹ ਭੜਕਾਉਣ ਦੀਆਂ ਗੱਲਾਂ ਨਹੀਂ? ਕੁਛ ਨਹੀਂ ਹੁੰਦਾ, ਬੀਬੀ ਕੰਗਣਾ ਰਣੌਤ ਅੱਜ ਵੀ ਸਹੀ ਆ, ਕੱਲ੍ਹ ਵੀ ਸਹੀ ਆ, ਅੱਗੇ ਵੀ ਸਹੀ ਰਹੂਗੀ। ਮੈਂ ਬੀਬੀ ਕੰਗਣਾ ਰਣੌਤ ਜਿਹੜੀ ਸਾਡੀ ਛੋਟੀ ਭੈਣ ਉਹਦੇ ਨਾਲ, ਤੁਹਾਡਾ ਮੀਡੀਆ ਸਾਥ ਦਿੰਦਾ ਕੰਗਣਾ ਰਣੌਤ ਦਾ? ਨਹੀਂ ਦਿੰਦਾ। ਤੁਸੀਂ ਮੈਨੂੰ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੱਤਾ। FIR ਦਿਖਾਓ ਤੁਸੀਂ ਪਿੰਡਰਾਲੇ ਦੇ ਖਿਲਾਫ਼। ਯਾਰ ਇਹਦਾ ਮਤਲਬ ਨਹੀਂ, ਗੋਲੀਆਂ ਕਿਉਂ ਮਾਰੀਆਂ ਗਈਆਂ? ਤੁਸੀਂ ਮੈਨੂੰ ਕੰਗਣਾ ਰਣੌਤ ਨੇ ਕੰਗਣਾ ਰਣੌਤ ਨੇ ਜੋ ਬਿਆਨ ਦਿੱਤਾ ਵੀ ਬੰਗਲਾਦੇਸ਼ ਬਣ ਜਾਣਾ ਸੀਗਾ, ਉਹਦੇ ਨਾਲ 84 ਦਾ ਮਾਹੌਲ ਦੁਬਾਰਾ ਤੋਂ ਪੈਦਾ ਹੋਊਗਾ ਕਿ ਨਹੀਂ ਹੋਊਗਾ? ਕੁਛ ਨਹੀਂ ਹੋ ਰਿਹਾ, ਪੰਜਾਬ ਵਿੱਚ ਸੁੱਖ ਸ਼ਾਂਤੀ ਆ, ਲਾ ਐਂਡ ਆਰਡਰ ਵਧੀਆ ਚੱਲ ਰਿਹਾ, ਕੋਈ ਦਿੱਕਤ ਨਹੀਂ।
ਸਿਰਫ ਸਾਡੇ ਅਮਨ ਤੱਕੜ ਸਾਹਿਬ ਨੂੰ ਦਿੱਕਤ ਆ, ਪ੍ਰਾਈਮ ਉਹਦੇ ਵਾਲੇ ਨੂੰ ਪ੍ਰਾਈਮ ਉਹਦੇ ਨਹੀਂ ਦਿੱਕਤ ਨਹੀਂ ਹੈਗੀ। ਅੱਛਾ ਜਿਹੜੇ ਪੰਜਾਬ ਦੇ ਲੋਕ ਜਿਹੜੇ ਇਹ ਮੁੱਦੇ 'ਤੇ ਸਵਾਲ ਉਠਾਉਂਦੇ ਨੇ ਉਹਨਾਂ ਨੂੰ ਦਿੱਕਤ ਨਹੀਂ? ਦੇਖਦੇ ਨਹੀਂ ਵਟਸਐਪ, ਦੇਖਦੇ ਨਹੀਂ ਕਲਕੇ ਇਕੱਲੇ ਆਪਣੇ ਆਪਣੀ ਆਈਡੀਆ ਚੈੱਕ ਕਰਦੇ ਹੋ? ਅਸੀਂ ਕਿਸੇ ਨੂੰ ਨਹੀਂ ਦੇਖਦੇ, ਅਸੀਂ ਆਪਣੇ ਆਪ ਨੂੰ ਦੇਖਦੇ, ਆਪਣੇ ਅੰਦਰ ਝਾਤੀ ਮਾਰਦੇ ਹਾਂ। ਲੋਕਾਂ ਨੂੰ ਦੇਖਿਆ ਕਰੋ ਨਾ ਫਿਰ, ਲੋਕਾਂ ਨੂੰ ਦੇਖਿਆ ਕਰੋ। ਤੁਸੀਂ ਇੱਥੇ ਪੰਜਾਬ ਪੁਲਿਸ ਦੇ ਜਿਹੜੇ ਬੰਦੇ ਪਰਿਵਾਰ ਆ ਸ਼ਹੀਦ ਹੋਇਆ ਉਹਨਾਂ ਦੇ ਘਰੇ ਐਸ ਜੀ ਪੀ ਸੀ ਕਦੇ ਆਟਾ ਦਾਲ ਲੈ ਕੇ ਗਈ ਹੈ? ਤੁਸੀਂ ਕਿੱਥੇ ਖੜੇ ਹੋ? ਟੋਲ ਪਲਾਜ਼ਾ ਬੰਦ ਹੋਇਆ ਲੁਧਿਆਣੇ ਦਾ, ਤੁਸੀਂ ਕਹਿਓ? ਮੈਂ ਨਹੀਂ ਜਾਂਦਾ, ਟੋਲ ਪਲਾਜ਼ਾ ਬੰਦ ਕਿਉਂ ਕੀਤਾ? ਕਿਉਂ ਅਸੀਂ ਕਿਉਂ ਬੰਦ ਕਰਾਈਏ ਜੀ? ਲੋਕਾਂ ਦੀ ਸੇਫਟੀ ਲਈ ਤੁਸੀਂ ਕਹਿਓ ਕਲਕੱਤੇ ਦੇ ਇੱਥੇ ਲੁਧਿਆਣੇ ਦੇ ਵਿੱਚ ਹਜੇ ਹਫ਼ਤਾ ਨਹੀਂ ਹੋਇਆ ਰੇਪ ਹੋਏ ਨੂੰ, ਤੁਸੀਂ ਕਹਿਓ? ਅਸੀਂ ਕਾਨੂੰਨ ਜਦੋਂ ਆਪਣਾ ਕੰਮ ਕਰ ਰਿਹਾ, ਅਸੀਂ ਕਿਹੜਾ ਕੜਮ ਚੌਧਰੀ ਨਹੀਂ ਹੈਗੇ? ਫਿਰ ਇੱਥੇ ਕਿਹੜਾ ਚੌਧਰੀ ਕਦੇ ਬਣਦੇ ਹੋ? ਓਕੇ, ਅਸੀਂ ਕੰਗਣਾ ਨਾਲੋਂ ਤਾਂ ਨਾਲ ਆ ਜੀ, ਮਹਿਲਾ ਹੋ ਵਿਚਾਰੀ। ਤੁਸੀਂ 1966 ਵਿੱਚ ਪਹਿਲਾਂ ਇੰਦਰਾ ਗਾਂਧੀ ਪਹਿਲੀ ਵਾਰ ਬਤੌਰ ਔਰਤ ਪ੍ਰਧਾਨ ਮੰਤਰੀ ਬਣੀ ਸੀ, ਕਿੰਨੀ ਵਧੀਆ ਕੰਮ ਕਰ ਰਹੀ ਸੀ ਉਹ ਇੰਦਰਾ ਗਾਂਧੀ ਜੀ। ਸ਼ਹੀਦ ਹੋ ਗਏ, ਕਿਹਨੇ ਸ਼ਹੀਦ ਕੀਤਾ ਤੁਹਾਨੂੰ ਪਤਾ ਹੀ ਆ? ਪਰ ਕਿਹਨੇ ਸ਼ਹੀਦ ਕੀਤਾ ਤੁਸੀਂ ਦੱਸੋ? ਫਿਰ ਉਹੀ ਜਿਹੜਾ ਪਹਿਲਾਂ 1984 ਵਾਲਾ ਸਮੇਂ ਆ ਉਹ ਦੁਬਾਰ ਤੋਂ ਮੰਡ ਸਾਹਿਬ ਕੁਛ ਨਹੀਂ ਆ। ਤੁਸੀਂ ਵੀ ਭੜਕਾਊ ਬਿਆਨਬਾਜ਼ੀਆਂ ਕਰਦੇ ਹੋ। ਅਸੀਂ ਕਿਹੜੀ ਭੜਕਾਊ ਬਾਜ਼ੀ ਕਰਦੇ ਹਾਂ ਦੱਸੋ ਜੀ, ਕਿਹੜੀ ਕਰ ਰਹੇ ਹਾਂ? ਭੜਕਾਊ ਬਿਆਨਬਾਜ਼ੀਆਂ ਕਰਦੇ ਹੋ? ਕੰਗਣਾ ਰਾਓ ਸਾਡੀ ਭੈਣ ਆ, ਭੈਣ ਦੇ ਨਾਲ ਖੜਾ ਗਏ ਅਸੀਂ। ਫਿਲਮ ਲੱਗਣ ਤੋਂ ਜਿਹਨੇ ਜ਼ੋਰ ਨਾਲ ਲਾ ਲੇ ਯਾਰ, ਜ਼ੋਰ ਤਾਂ ਲੱਗੂਗਾ, ਲਾ ਲਓ। ਇਹ ਪ੍ਰਾਈਮ ਉਹਦੇ ਨੇ ਆ ਵੀ ਜੱਟ ਦਾ ਪੋਤਾ ਜਦੋਂ ਸਿੱਧੂ ਮੂਸੇ ਵਾਲਾ ਗਾਣੇ ਗਾਉਂਦਾ ਸੀ ਬਈ ਉਹ ਆਪਣੇ ਜਟਾਣਾ ਜਟਾਣੇ ਦੀ, ਉਦੋਂ ਕੀ ਗੱਲਾਂ ਸੀ? ਉਦੋਂ ਤਾੜੀਆਂ ਮਾਰਦੇ ਹੋ ਕਿਉਂ? ਬੀਬੀ ਖਾਲੜਾ ਜੀ ਦੀ ਫਿਲਮ ਨਹੀਂ ਲੱਗਣ ਦਿੱਤੀ ਸੈਂਸਰ ਬੋਰਡ ਨੇ, ਇਹ ਪਾਸ ਕਰਤੀ? ਇਹ ਸੈਂਸਰ ਬੋਰਡ ਨੇ ਪਾਸ ਕੀਤੀ ਹੈ ਇਹ ਕਿ ਉਹ ਉੱਥੇ ਸੱਟ ਸੀਨ ਕੱਟਤੇ ਉਹਦੇ? ਨਹੀਂ, ਆਪਾਂ ਕੀ ਲੈਣਾ ਯਾਰ, ਮੈਂ ਕਿਸੇ ਦਾ ਨਹੀਂ, ਮੈਂ ਇਨਸਾਨ ਹਾਂ, ਮੈਂ ਪ੍ਰਭੂ ਦਾ। ਤੁਸੀਂ ਦਾੜੀ ਦੇ ਹੱਥ ਫੇਰ ਕੇ ਕਿਹਾ ਆਈ ਪ੍ਰਾਈਮ ਉਹਦੇ ਚੈਨਲ ਤੇ ਤੁਸੀਂ ਹੱਥ ਜੋੜਦੇ ਸੀ ਮੰਡ ਸਾਹਿਬ, ਯਾਦ ਕਰ ਲਓ। ਮੈਂ ਨਹੀਂ ਹੱਥ ਜੋੜਦਾ ਹੈਗਾ, ਮੈਂ ਚੈਨਲ ਦੇ ਮਾਲਕਾਂ ਨੂੰ ਇੱਥੇ ਮੈਂ ਵੀਡੀਓ ਨਾਲ ਚਲਾਉਂਗਾ। ਤਰੀਕਾ ਪੁੱਛ ਲਓ ਕਾਹਦੇ ਵਾਸਤੇ ਆ? ਮੈਂ ਹੱਥ ਜੋੜਦੇ ਸੀਗੇ ਪ੍ਰਾਈਮ ਉਹਦੇ ਤੇ, ਹੱਥ ਜੋੜਦੇ ਤੇ ਸੀਗੇ। ਇੱਧਰ ਮੰਡ ਨੇ ਕਿਹੜਾ ਇੱਧਰ ਪੁਖਤਾ ਕੰਮ ਕੀਤਾ ਹੈ ਸਮਾਜ ਲਈ, ਜਿਹੜਾ ਮੰਡ ਨੂੰ ਨੌ ਨੌ ਸਿਕਿਉਰਟੀਆਂ ਮਿਲੀਆਂ? ਆ ਕੰਨ ਮੈਂ 1-2-3 ਵਾਰ ਖਿੱਚਦਾ ਪਿਆ। ਸਵਾਲਾਂ ਤੋਂ ਨਾ ਪੁੱਛੋ ਮੰਡ ਸਾਹਿਬ, ਸਰਕਾਰ ਹੋ ਕੇ ਤੁਸੀਂ ਬੋਲੀ ਉਹਨਾਂ ਦੀ ਬੋਲਣੀ ਆ ਜਿਹੜੇ ਦੇਸ਼ ਨੂੰ ਤੋੜਨ ਵਾਲੀ ਗੱਲਾਂ ਕਰਦੇ ਆ, ਉਹਨਾਂ ਦੀ ਬੋਲੀ ਬੋਲੋ। ਮੈਂ ਇੱਕ ਗੱਲ ਦਾ ਜਿਹੜੀ ਗੱਲ ਕਰੂੰਗਾ ਭਾਜੀ, ਤੁਸੀਂ ਪਹਿਲਾਂ ਸਕਿਉਰਟੀ ਵਾਪਸ ਕਰਾਓ। ਹਾਂ, ਮੰਡ ਸਾਹਿਬ ਭੱਜਦੇ ਨਜ਼ਰ ਦਿਖਾਈ ਦਿੰਦੇ ਨੇ। ਮੈਂ ਭੱਜੂਗਾ ਨਹੀਂ ਪੱਤਰ, ਓਏ ਮੈਂ ਕਦੇ ਜ਼ਿੰਦਗੀ ਨਹੀਂ ਭੱਜਦਾ। ਜਵਾਬ ਦੇ ਦਿਓ ਮੇਰੇ। ਮੈਂ ਨਹੀਂ ਜਵਾਬ ਦਊਂਗਾ, ਪਹਿਲਾਂ ਤੁਸੀਂ ਸਕਿਉਰਟੀ ਵਾਪਸ ਕਰਾਓ। ਜੇ ਤੁਸੀਂ ਸਕਿਉਰਟੀ ਵਾਪਸ ਕਰਾਓ ਯਾਰ, ਜਾ ਕੇ ਗੱਲ ਖਤਮ ਯਾਰ। ਜਵਾਬ ਦੇ ਦਿਓ। ਮੈਂ ਨਹੀਂ ਦਿੰਦਾ, ਪਹਿਲਾਂ ਸਕਿਉਰਟੀ ਵਾਪਸ ਕਰਾ ਯਾਰ, ਜਾ ਕੇ ਯਾਰ, ਗੱਲ ਖਤਮ। ਇਹ ਦੇਖ ਲਓ ਮੰਡ ਸਾਹਿਬ ਇੱਥੇ ਹੁਣ ਸਵਾਲਾਂ ਤੋਂ ਭੱਜਦੇ ਨਾ ਦਿਖਾਈ ਦੇ ਰਹੇ ਨੇ। ਇੱਥੇ ਮੈਂ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੂੰਗਾ ਵੀ ਮੰਡ ਸਾਹਿਬ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ। ਲੋਕ ਪੁੱਛਦੇ ਨੇ ਵੀ ਤੁਸੀਂ ਮੰਡ ਸਾਹਿਬ ਦੀ ਇੰਟਰਵਿਊ ਕਿਉਂ ਲੈਂਦੇ ਹੋ, ਸ਼ਿਵ ਸੈਨਿਕਾਂ ਦੀ ਇੰਟਰਵਿਊ ਕਿਉਂ ਲੈਂਦੇ ਹੋ? ਇੱਥੇ ਮੈਂ ਆਪਣੇ ਭਾਈ ਅਤੇ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ, ਅਸੀਂ ਇੰਟਰਵਿਊ ਇਸ ਲਈ ਲੈਂਦੇ ਹਾਂ ਵੀ ਜਿਹੜੀ ਇਹ ਮੰਡ ਸਾਹਿਬ ਨੂੰ ਹੋਵੇ ਜਾਂ ਹੋਰ ਲੋਕਾਂ ਨੂੰ ਜਿਹੜੀ ਸ਼ਿਵ ਸੈਨਾ ਵਾਲਿਆਂ ਨੂੰ ਸਿਕਿਉਰਟੀ ਦਿੱਤੀ ਹੋਈ ਆ ਮੁੱਖ ਮੰਤਰੀ ਸਾਹਿਬ ਨੂੰ, ਮੈਂ ਇੱਥੇ ਬਹੁਤ ਸਤਿਕਾਰਯੋਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਹਨਾਂ ਨੂੰ ਇੱਕ ਵਿਸ਼ੇਸ਼ ਆਪਣੇ ਵੱਲੋਂ ਬੇਨਤੀ ਕਰਨਾ ਚਾਹੂੰਗਾ ਅਤੇ ਡੀ ਜੀ ਪੀ ਪੰਜਾਬ ਉਹਨਾਂ ਨੂੰ ਬੇਨਤੀ ਕਰਨਾ ਚਾਹੂੰਗਾ ਵੀ ਇਹਨਾਂ ਦੀਆਂ ਸਿਕਿਉਰਟੀਆਂ ਵਾਪਸ ਲਈਆਂ ਜਾਣ। ਜਿਹੜੇ ਕਹਿੰਦੇ ਨੇ ਗਾਲਾਂ ਕੱਢਦੇ ਨੇ ਮੰਡ ਸਾਹਿਬ ਨੂੰ ਜਾਂ ਹੋਰ ਕਿਸੇ ਨੂੰ, ਗਾਲਾਂ ਨਾ ਕੱਢਿਆ ਕਰੋ, ਪਿਆਰ ਨਾਲ ਬੋਲਿਆ ਕਰੋ, ਕਿਉਂਕਿ ਪ੍ਰਾਈਮ ਉਹਦੇ ਦਾ ਮਕਸਦ ਇਹ ਆ ਵੀ ਜਿੰਨੀਆਂ ਸਿਕਿਉਰਟੀ ਆ ਇਹਨਾਂ 'ਤੇ ਲਾਈਆਂ ਹੋਈਆਂ ਨੇ ਨਾ, ਜੇ ਉਹ ਗਰੀਬ ਕੰਨਿਆਂ ਦੇ ਵਿਆਹ ਕਰਾ ਦੇਣ ਅਤੇ ਲੋਕਾਂ ਦਾ ਭਲਾ ਕਰ ਦੇਣ,
ਉਹ ਇਹਨਾਂ ਦੇ ਜਿੰਨਾ ਦਾ ਖਰਚਾ ਲੱਖਾਂ ਲੱਖਾਂ ਰੁਪਏ ਦਾ ਇਹਨਾਂ 'ਤੇ ਸਰਕਾਰ ਖਰਚਾ ਕਰਦੀ ਆ। ਗਰੀਬ ਕੰਨਿਆਂ 'ਤੇ ਖਰਚਾ ਕਰੋ, ਲੋਕਾਂ 'ਤੇ ਖਰਚਾ ਕਰੋ, ਗਰੀਬ ਜ਼ਰੂਰਤਮੰਦਾਂ 'ਤੇ ਖਰਚਾ ਕਰੋ। ਮੰਡ ਸਾਹਿਬ ਪ੍ਰਾਈਮ ਉਹਦੇ 'ਤੇ ਭੱਜਦੇ ਨਜ਼ਰ ਦਿਖਾਈ ਦਿੱਤੇ ਨੇ, ਤਸਵੀਰਾਂ ਪ੍ਰਾਈਮ ਉਹਦੇ ਦੇ ਮਾਧਿਅਮ ਰਾਹੀਂ ਦਿਖਾ ਰਿਹਾ। ਮੈਂ ਅਮਨ ਤਗੜ, ਕੈਮਰਾਮੈਨ ਰਣਦੀਪ ਦੇ ਨਾਲ ਖੰਨਾ।